ਖਬਰ ਮਲੋਟ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੇ ਨਿਰਾਸ਼ ਹੋ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਵਾਂਗ ਕੰਮ ਕਰਨ ਲੱਗੀ ਹੈ। ਉਹਨਾਂ ਕਿਹਾ ਕਿ ਵਰਕਰਾਂ ਨੇ ਪਾਰਟੀ ਲਈ ਆਪਣੇ ਕਾਰੋਬਾਰ ਦਾਅ ਤੇ ਲਾ ਦਿੱਤੇ ਤੇ ਹੁਣ ਉਹਨਾਂ ਦੀ ਸੁਣਵਾਈ ਹੀ ਨਹੀਂ ਹੋ ਰਹੀ। ਉਹਨਾਂ ਮੰਤਰੀ ਦੇ ਪੀਏ ਦੇ ਤਲਖ ਅਤੇ ਰੁੱਖੇ ਰਵੱਈਏ ਤੇ ਵੀ ਸਖਤ ਇਤਰਾਜ਼ ਪ੍ਰਗਟ ਕੀਤਾ, ਜਿਸ ਸੰਬੰਧੀ ਮੰਤਰੀ ਬਲਜੀਤ ਕੌਰ ਨੂੰ ਜਾਣੂ ਕਰਵਾਇਆ ਗਿਆ ਸੀ। ਧਰਨਾ ਲਾਉਣ ਵਾਲੇ ਪਾਰਟੀ ਦੇ ਵਰਕਰਾਂ ਨੇ ਦੋਸ਼ ਲਾਇਆ ਕਿ ਜਿੰਨੇ ਵੀ ਰਵਾਇਤੀ ਪਾਰਟੀਆਂ ਦੇ ਜੁਗਾੜ ਕਰਨ ਵਾਲੇ ਆਗੂ ਸੀਗੇ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਮੂਹਰੇ ਕੀਤੇ ਹੋਏ ਨੇ। ਇਸੇ ਦਰਮਿਆਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਮੌਕੇ ਤੇ ਪਹੁੰਚੇ, ਧਰਨਾ ਲਾ ਕੇ ਬੈਠੇ ਵਰਕਰਾਂ ਨੂੰ ਅਪੀਲ ਕੀਤੀ ਕਿ ਅੰਦਰ ਆ ਕੇ ਗੱਲਬਾਤ ਕਰਨ, ਪਰ ਧਰਨਾਕਾਰੀ ਇਸ ਗੱਲ ਤੇ ਅੜ ਗਏ ਕਿ ਜੋ ਵੀ ਗੱਲ ਕਰਨਗੇ ਉਹ ਲੋਕਾਂ ਦੇ ਸਾਹਮਣੇ ਹੀ ਕਰਨਗੇ। ਬਲਜੀਤ ਕੌਰ ਨੇ ਕਿਹਾ ਕਿ ਉਹ ਜੋ ਵੀ ਫੈਸਲੇ ਲੈਣਗੇ ਲੋਕ ਹਿੱਤ ਦੇ ਵਿੱਚ ਹੀ ਹੋਣਗੇ ਤੇ ਜੇ ਮੈਨੂੰ ਕੋਈ ਜ਼ਬਰਦਸਤੀ ਆਪਣੀ ਗੱਲ ਮਣਵਾਉਣ ਲਈ ਦਬਾਅ ਪਾਊਗਾ ਤਾਂ ਉਸ ਦੀ ਗੱਲ ਨਹੀਂ ਮੰਨੀ ਜਾਊਗੀ। ਰਾਤ ਤੱਕ ਇਹ ਧਰਨਾ ਲਗਾਤਾਰ ਜਾਰੀ ਸੀ ਅਤੇ ਮੰਤਰੀ ਬਲਜੀਤ ਕੌਰ ਆਪਣੇ ਘਰ ਦੇ ਅੰਦਰ ਸਨ। ਧਰਨਾਕਾਰੀਆਂ ਦੀ ਅਗਵਾਈ ਕਰਨ ਵਾਲੇ ਵਰਕਰ ਸਾਹਿਲ ਮੋਂਗਾ ਨੇ ਕਿਹਾ ਕਿ ਉਹਨਾਂ ਨੇ ਰਾਤ ਨੂੰ ਇੱਥੇ ਬਹਿਣ ਦੇ ਲਈ ਗੱਦਿਆਂ ਤੇ ਖਾਣੇ ਦਾ ਪ੍ਰਬੰਧ ਵੀ ਕਰ ਲਿਆ। ਜੇਕਰ ਕਹਿੰਦੇ ਸਾਡੀ ਸੁਣਵਾਈ ਨਾ ਹੋਈ ਤਾਂ ਸਾਥੀਆਂ ਸਮੇਤ ਰਾਤ ਨੂੰ ਵੀ ਧਰਨਾ ਜਾਰੀ ਰਹੇਗਾ।